गुरु खालसा सत संगत जी धन गुरु रामदास साहब जी दे पुत्रो धन गुरु रामदास साहब जी दी धीओ वाहे गुरु जी का खालसा वाहे गुरु जी की फतेह। सारे आखो धन श्री गुरु रामदास साहब जी, 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 धन श्री गुरु रामदास साहब जी। आप जी आखोगे पांच बारी गुरु रामदास साहब जी का नाम जपाया की मिलेगा। आजो जे सतगुर सिमरंथ नयन के तिमर मिटें खेना। कहते जेड़ा आखेगा धन गुरु रामदास साहब, धन गुरु रामदास साहब, नयन के तिमर मिटें खिन, उदियां अखां दा अग्ञान दा अंधेरा मिट जाएगा। अच्छा जी, फिर दोबारा जदों वाहिगुरु आखिए गुरु रामदास, जे सतगुर सिमरंथ हृदय हर नाम दिनों दिन। फिर आखो धन श्री गुरु, धन श्री गुरु। की मिलेगा आ सड़कां ते अपनिया मोरां मोटरां कारां ते आयो गुरपुरब मना रहे हो। कहन लगे जेड़ा धन गुरु रामदास साहब आखेगा हृदय हर नाम दिनो, उहदे हिरदे विच नाम दिनो दिन वधदा जाएगा। फिर आखो धन श्री गुरु, जे सतगुर सिमरंथ जी की तप्त मिटावै। ए गल बड़ी औखी है, ईरखा वैर विरोध नफरत जी तपदा रहिंदा बंदे दा। ठंडे मुल्कां च ठंडे कपड़े पा के ठंडियां चीजां खा के। पर कहन लगे जेड़ा धन गुरु रामदास साहब दा गुरपुर मनाएगा, ते सतगुरु कहन लगे फिर पट उहदे जी दी तपत वैर विरोध आसा तृष्णा मुक जाएगी। जे सिमरन जे सतगुर सिमरंथ रिध सिद्ध नवनिध पावै। जेड़ा गुरु रामदास साहब आखेगा उहदे घर रिधियां आणगियां, निधियां आणगियां। कहन लगे रिध सिद्ध नवनिध, तुहाडे घरां च नौ निधियां आणगियां, जिहड़े आ सेवावां कीतियां ना लंगरां दियां, आ पंडाल दियां सेवावां पटावां, आ बाहर स्टाल लाए है लड्डूआं दे जलेबियां दे चाह पाणी दे। कहन लगे जेड़ा गुरु रामदास साहब जी दे अर्थ माया खर्चेगा, फिर गुरु रामदास तुहाडियां झोलियां भर के भेजणगे आपो सतनाम। रिध सिद्ध नौनिध पावै, सोई रामदास गुर बल भण, मिल संगत धन धन करो। जे सतगुर लग प्रभ पाईऐ, सो सतगुर सिमरो नरो। मैं ताबिया बैठिया सी दरबार साहब, भाई भुपिंदर सिंह कहते भी उत्थे करा मातां, मैं तो रोज़ ही उत्थे वेखदा रहना। ताबिया बैठे इधरले पासे बीबियां बैठियां, इधर सिंह बैठे। वड्डा भूचाल आया सी जिहड़ा दिन वेले भूचाल आ गया, जदों असीं वेख्या भी है उत्ते पखे भी हिल रहे है, सरोवर साहब का जल भी उछल उछल के
ਤੇ ਉੱਤੇ ਜਦੋਂ ਆ ਰਿਹਾ ਸੀ ਨਾ ਹਰਿਮੰਦਰ ਸਾਹਿਬ ਦੇ ਵੱਲ, ਤੇ ਮੈਂ ਉੱਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਾ ਇਸ ਤਰ੍ਹਾਂ ਬਾਂਹ ਕਰਕੇ ਮੈਂ ਕਿਹਾ, ਪਾਤਸ਼ਾਹ ਵੀ ਹੁਣ ਐਡਾ ਵੱਡਾ ਵੀ ਹਰਿਮੰਦਰ ਸਾਹਿਬ ਵੀ ਹਿੱਲ ਰਿਹਾ, ਜਲ ਦੇ ਉੱਤੇ ਹੈ, ਅਤੇ ਸਤਿਗੁਰੂ ਅਤੇ ਜਿਹੜੀ ਸੰਗਤ ਤੁਹਾਡੀ ਤਰ੍ਹਾਂ ਬੈਠੀ ਸੀ ਪਚਾਲ ਜੇ ਐਡਾ ਵੱਡਾ ਆਇਆ, ਉਹ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਝ ਜੱਫੀ ਪਾਈ ਵੀ ਮਹਾਰਾਜ, ਅਤੇ ਨਾਲ ਦੀ ਨਾਲ ਹੌਲੀ ਹੌਲੀ ਛੱਲਾਂ ਮੈਂ ਕਿਹਾ, ਜਿਹੜਾ ਐਡਾ ਵੱਡਾ ਇਹ ਸੁਨਾਮੀ ਆਈ ਹੈ ਇਹ ਤਾਂ ਅੰਦਰ ਆਏਗੀ ਅਤੇ ਬਸ। ਪਰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀਆਂ ਕਰਾਮਾਤਾਂ ਉਹ ਛੱਲਾਂ ਵਾਪਸ ਹੁੰਦੀਆਂ ਹੁੰਦੀਆਂ ਅਤੇ ਸ਼ਾਂਤ ਹੋ ਗਈਆਂ। ਆਖੋ ਸਤਿਨਾਮ। ਬਾਹਰ ਨਿਕਲੇ ਅਤੇ ਕਹਿਣ ਲੱਗੇ ਜੀ, ਬਸ ਇੱਧਰ ਸੱਤੋ ਵਾਲੀ ਗਲੀ ਆਲੇ ਦੁਆਲੇ ਖੋਤੀ ਬਾਜ਼ਾਰ ਜਿੰਨੇ ਵੀ ਬਿਲਡਿੰਗਾਂ ਢਹਿਗੀਆਂ ਪਰ ਇੱਕ ਵੀ ਜੀ ਸਾਡਾ ਦਰਬਾਰ ਸਾਹਿਬ ਕੋਈ ਨੁਕਸਾਨਿਆ ਨਾ ਗਿਆ। ਬਸ ਇੱਕ ਗੱਲ ਹੋਰ ਸੁਣਾ ਕੇ, ਗੱਲਾਂ ਮੇਰੇ ਕੋਲ ਬਹੁਤ ਨੇ, ਫਿਰ ਸੁਣਾਵਾਂਗਾ ਹੱਡ ਬੀਤੀਆਂ ਜਿਹੜੀਆਂ ਮੇਰੀਆਂ ਉੱਥੇ ਤਾਬਿਆ ਬੈਠ ਕੇ ਜੋ ਮੈਂ ਸੁਣੀਆਂ। ਹੈਦਰਾਬਾਦ ਚਲਾ ਗਿਆ ਸਿੰਘ ਦਾ ਨਾਮ ਹਜੂਰ ਸਿੰਘ, ਫਿਰ ਸੁਣਾ ਦਿਆਂ। ਹੈਦਰਾਬਾਦ ਚਲਾ ਗਿਆ ਸਿੰਘ ਦਾ ਨਾਮ ਸਰਦਾਰ ਹਜੂਰ ਸਿੰਘ, ਉਹ ਮੈਨੂੰ ਆਖੇ ਮੈਂ ਤੁਹਾਡਾ, ਤੁਸੀਂ ਮੇਰੇ ਹੋ, ਮੇਰੇ ਘਰ ਰਹਿਣਾ ਹੈ। ਆਖੋ ਸਤਿਨਾਮ। ਚਲੇ ਗਏ, ਬੜਾ ਰਿਚ ਬੰਦਾ। ਮੈਂ ਕਿਹਾ ਵੀ ਹਜੂਰ ਸਿੰਘ ਨਾਂ ਸੁਣਿਆ ਨਹੀਂ? ਆਹਦਾ ਨਹੀਂ, ਮੇਰੇ ਬਾਪੂ ਮਾਂ ਰਾਵਲ ਪਿੰਡੀ ਰਹਿੰਦੇ ਸੀ, ਔਲਾਦ ਨਹੀਂ ਸੀ ਹੁੰਦੀ, ਬੱਚਾ ਨਹੀਂ ਸੀ ਹੁੰਦਾ। ਆਏ ਦਰਬਾਰ ਸਾਹਿਬ, ਸੁੱਖ ਗਈ ਮੇਰੀ ਮਾਂ ਵੀ ਗੁਰੂ ਰਾਮਦਾਸ ਸਾਹਿਬ ਧੀ ਦੇ ਦੇ, ਪੁੱਤ ਦੇਗਾ, ਤੇਰੇ ਘਰ ਚੜ੍ਹਾ ਦਿਆਂਗੀ। ਆਖੋ ਸਤਿਨਾਮ। ਮੇਰੀ ਕੁੱਖ 'ਤੇ ਸਫਲੀ ਕਰ। ਉਹ ਕਹਿੰਦੇ ਮੈਂ ਹੋ ਗਿਆ, ਮੇਰੇ ਪਿਤਾ ਨੂੰ ਨਹੀਂ ਦੱਸਿਆ ਮੇਰੀ ਮਾਂ ਨੇ। ਅਤੇ ਕਹਿਣ ਲੱਗੇ ਦਰਬਾਰ ਸਾਹਿਬ ਰਾਵਲ ਪਿੰਡੀ ਤੋਂ ਮੈਨੂੰ ਮੱਥਾ ਟਿਕਾਣ ਲਿਆਏ, ਅਤੇ ਦਰਬਾਰ ਸਾਹਿਬ ਅੱਗੇ ਹੁਣ ਜੰਗਲਾ, ਉਦੋਂ ਜੰਗਲਾ ਨਹੀਂ ਸੀ ਹੁੰਦਾ। ਕਹਿਣ ਲੱਗਾ ਮੈਨੂੰ ਅੱਗੇ ਲਟਾ ਦਿੱਤਾ, ਅਤੇ ਮਾਂ ਮੇਰੀ ਰੋ ਕੇ ਅਤੇ ਪਰਾਂ ਬਹਿ ਗਈ। ਕਹਿੰਦਾ ਜਦੋਂ ਮੈਂ ਰੋਵਾਂ ਸੰਤ ਸਿੰਘ ਸਾਹਿਬ ਤਾਬਿਆਂ ਤੋਂ ਉੱਠਿਆ, ਉਹਨੇ ਮੈਨੂੰ ਚੁੱਕ ਲਿਆ ਵੀ ਕਿਹਦਾ ਬੱਚਾ ਹੈ, ਕਿਹਦਾ ਬੱਚਾ ਹੈ। ਕਹਿੰਦਾ ਮੇਰਾ ਪਿਤਾ। ਕਹਿੰਦਾ ਬੱਚਾ ਤਾਂ ਸਾਡਾ। ਅਤੇ ਮਾਂ ਮੇਰੀ ਆਦੀ ਨਹੀਂ, ਸਾਡਾ ਨਹੀਂ, ਗੁਰੂ ਰਾਮਦਾਸ ਸਾਹਿਬ ਨੇ ਮੇਰੀ ਕੁੱਖ ਸਫਲੀ ਕੀਤੀ ਹੈ, ਤੁਹਾਨੂੰ ਅੱਜ ਤੱਕ ਮੈਂ ਗੱਲ ਨਹੀਂ ਦੱਸੀ। ਅਤੇ ਇੱਥੇ ਮੈਂ ਸੁੱਖ ਕੇ ਗਈ ਸੀ ਕਿ ਪਾਤਸ਼ਾਹ ਪੁੱਤਰ ਦੇ ਦੇ ਤੈਨੂੰ ਚੜ੍ਹਾ ਦਿਆਂਗੀ, ਅਤੇ ਤਾਂ ਕਰਕੇ ਮੈਂ ਹੁਣ ਚੜ੍ਹਾ ਦਿੱਤਾ। ਕਹਿੰਦੇ ਸਿੰਘ ਸਾਹਿਬ ਇੰਨਾ ਵਧੀਆ, ਉਹ ਆਖਦਾ ਕੋਈ ਨਹੀਂ ਅਸੀਂ ਇਹਨੂੰ ਪਾਲਾਂਗੇ ਕਿਸ ਤਰ੍ਹਾਂ। ਆਖੋ ਸਤਿਨਾਮ। ਇਹਨੂੰ ਬੱਚੇ ਨੂੰ ਪਾਲਾਂਗੇ ਕਿੱਦਾਂ? ਇਹ ਹੈ ਗੁਰੂ ਰਾਮਦਾਸ ਸਾਹਿਬ ਦਾ ਹੀ, ਪਰ ਤੁਸੀਂ ਲੈ ਜਾਓ, ਸਾਡਾ ਬੱਚਾ ਹੈ, ਪਾਲ ਲਓ ਤੁਸੀਂ। ਅਤੇ ਮੇਰੀ ਮਾਂ ਕਹਿੰਦੀ ਵੀ ਜੇ ਇਹਦਾ ਨਾਂ 'ਤੇ ਰੱਖ ਦਿਓ ਫਿਰ। ਉਹ ਕਹਿੰਦੇ ਗੁਰੂ ਦੀ ਹਜ਼ੂਰੀ 'ਚ ਤੂੰ ਲੰਮਾ ਪਾਇਆ, ਇਹਦਾ ਨਾਮ ਸਰਦਾਰ ਹਜੂਰ ਸਿੰਘ। ਆਖੋ ਸਤਿਨਾਮ। ਤੋ ਸਤਿਗੁਰੂ ਕਿਰਪਾ ਕਰਨ, ਭਾਈ ਆਦਮ ਦੀਆਂ ਗੱਲਾਂ ਸਾਖੀਆਂ ਪੁਰਾਣੀਆਂ ਆਪਾਂ ਸੁਣਦੇ ਹਾਂ ਭਾਈ ਭਗਤੂ ਦੀਆਂ, ਪਰ ਉੱਥੇ ਤਾਂ ਰੋਜ਼ ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ, ਵਧੋ ਪੁਰਖ ਵਿਦਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਰ ਨਾਨਕ ਕਸਮ ਲਜਾਏ ਨਾਇਆ ਰਾਮਦਾਸ। ਪਰ ਭਾਈ ਭੁਪਿੰਦਰ ਸਿੰਘ ਨੂੰ ਤਾਂ ਵਧਾਈ ਦਿੰਦੇ ਹਾਂ ਵੀ ਇੱਕ ਜਥਾ ਇੱਕ ਸਿੰਘ ਸਾਹਿਬ ਬੁਲਾਉਣਾ ਕਿੰਨਾ ਔਖਾ, ਕਿੰਨੇ ਜਥੇ ਬੁਲਾਏ ਇਹਨਾਂ ਨੇ ਪੰਥ ਦੇ ਦਰਬਾਰ ਸਾਹਿਬ ਤੋਂ। ਅਰਦਾਸ ਗਏ ਦਾਸ ਕੱਲ ਤੱਕ ਤੇ ਜਥੇਦਾਰ ਸਾਹਿਬ ਭਾਈ ਇੰਦਰਜੀਤ ਸਿੰਘ ਤਾਮ ਸਾਹਿਬ ਬੁਲੰਦਪੁਰੀ, ਅਤੇ ਇਹਨਾਂ ਨੇ ਬੜਾ ਚਾਅ ਮੈਨੂੰ ਕਹਿੰਦੇ ਘਰ ਰਹਿਣਾ ਆਪਣੇ ਆਪਣੇ ਘਰ, ਰਾਤ ਨੂੰ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ ਬਚਨ, ਮਹਾਂ ਸੌਂ ਜਾਓ ਹੋਣਾ। ਆਖੋ ਸਤਿਨਾਮ। ਅਤੇ ਆਹ ਵੇਖ ਲਓ ਖੁਸ਼ੀਆਂ,
धन गुरु रामदास साहिब तुहाडियां सेवावां तुहाडियां पेटावां दरगाह प्रवान करन तुसी इसे तरह ही हाँ करा बात है ना भी धन धन रामदास गुर जिन सिरिया तिन सवारिया पूरी हो ही करा बात हुण इह करा बात ने भी तुहाडे नैट कड़ी कड़ी दसदा भी इन्ने परसेंट इन्ने परसेंट इन्ने परसेंट तो वेख लो वो परसेंट गुरु रामदास साहब जी ने ये करा बात बहुत बहुत बधाइयां आओ आनंद साहब पढ़िए अरदास हुक्मनामा भाई साहब नूं वाहिगुरु तंदुरुस्ती स्थान की चढ़ती कला उस घर में आना तुसी आते हो पर छेती छेती बच्चों लैके श्री अमृतसर जी के दर्शन इशनान भुला चुका दिखिमा राम कली महला तीजा आनंद को अंकार सतगुर प्रसाद आनंद पाया मेरी माए सतगुरु मैं पाया रागर तन परिवार परिया शब्द गावण आईया कह नानक आनंदोआ सतगुरु मैं पाया हर नाल रहो तू मन मेरे दुख सब विसारना सब नांगल सम्राट स्वामी सो क्यों मन विसारे साचे साहेबा क्या नाही कर तेरा सदा सिवत सलाह तेरी नाम मन बसावे कह नानक सच्चे साहिब क्या नाही कर तेरा साचा नाम मेरा आधारो कर शांत सुख मन आए वसया जनी इच्छा सब पुजाइया कह नानक सुनो संतो सबत रो पियार साचा नाम मेरा आधार वाजे पंच सब तित कर सभागै पंच दूत दुवास कीते काल कंटक मारिया कह नानक तै सुख हुआ चित करे अनहद वाजे पार ब्रह्म प्रपाया उतरे सगल वसूरे संत साजन भए सरसे पूरे गुरते जानी बिनवंत नान गुर चरण लागे वाजे अनह तुरे शलोक दिवस रात दोय दाई दाय खेल सगल जगत करमी आपो आपनी के नेड़े के दूर नानक ते मुख उजले एती छुट्टी ना जिने नाम त्यार गए मसकत कार नानक ते मुख उजले एती छुट्टी ना वाहिगुरु जी का खालसा वाहिगुरु जी की फतेह।